ਬਿਸਮਿਲ੍ਲਾ ਦੀ ਬਰਕਤ। ਅੱਜ ਮੈਂ ਬਣਾਵਾਂਗੀ ਦੇਸੀ ਆਲੂ ਦਾ ਸਾਲਣ। ਦੇਸੀ ਆਲੂ ਦਾ ਸਾਲਣ ਬਣਾਉਣ ਵਾਸਤੇ ਸਾਨੂੰ ਅੱਧਾ ਕਿਲੋ ਆਲੂ ਚਾਹੀਦੇ ਨੇ, ਇੱਕ ਪਿਆਜ਼ ਚਾਹੀਦਾ, ਇੱਕ ਟਮਾਟਰ ਚਾਹੀਦਾ, 2 ਚਮਚ ਹਰਾ ਧਨੀਆ, 1 ਹਰੀ ਮਿਰਚ। ਪਿਆਲੀ ਤੇਲ ਪਾਵਾਂਗੀ। ਕੇ ਮਸਾਲਿਆਂ 'ਚ ਨਮਕ ਚਾਹੀਦਾ, 1/2 ਚਮਚ ਪੀਸਾ ਧਨੀਆ, 1/2 ਚਮਚ ਸੁਰਖ ਪੀਸੀ ਮਿਰਚ, 1 ਚਮਚ ਹਲਦੀ, 1 ਚਮਚ ਚਲੋ ਫਿਰ ਬਣਾ ਲਈਏ। ਪਤੀਲੀ ਮੈਂ ਅੱਗ ਉੱਤੇ ਰੱਖਤੀ, ਹੁਣ ਮੈਂ ਪਾ ਦਾਂਗੀ ਤੇਲ। ਬਿਸਮਿਲ੍ਲਾ ਪਾ ਦਾਂਗੀ, ਥੋੜ੍ਹਾ ਨਰਮ ਹੋ ਗਿਆ, ਹੁਣ ਪਾ ਦਾਂਗੀ ਟਮਾਟਰ। ਬਿਸਮਿਲ੍ਲਾ, 1/4 ਚਮਚ ਪਾਣੀ ਪਾ ਦਾਂਗੀ, ਸੁੱਕੇ ਮਸਾਲੇ ਪਾ ਦਾਂਗੀ, ਪਿਆਜ਼ ਅਤੇ ਟਮਾਟਰ ਦਾ ਮਸਾਲਾ ਭੁੱਜ ਗਿਆ, ਹੁਣ ਮੈਂ ਆਲੂ ਪਾ ਦਾਂਗੀ। ਆਲੂ ਵੀ ਮਸਾਲੇ ਦੇ ਨਾਲ ਭੁੱਜ ਗਏ ਨੇ ਅੱਛੀ ਤਰ੍ਹਾਂ, ਹੁਣ ਮੈਂ ਹਰੀ ਮਿਰਚ ਪਾ, 1 ਪਿਆਲੀ ਪਾਣੀ ਪਾ ਦਾਂਗੀ। ਕਿ ਆਲੂ ਦੇ ਪਾਣੀ ਨੂੰ ਉਬਾਲ ਆ ਗਿਆ, ਹੁਣ ਮੈਂ 10 ਮਿੰਟ ਅਸੀਂ ਦਮ ਵਿੱਚ ਰੱਖ ਦਾਂ। ਬਿਸਮਿਲ੍ਲਾ, ਅਸੀਂ ਆਲੂ ਦਾ ਸਾਲਣ ਸਾਡਾ ਤਿਆਰ ਹੋ ਗਿਆ, ਹੁਣ ਮੈਂ ਪਾ ਦਾਂਗੀ ਹਰਾ ਧਨੀਆ ਅਤੇ ਤੁਹਾਨੂੰ ਡਿਸ਼ ਆਊਟ ਕਰਕੇ ਦਿਖਾਉਂਦੀ ਹਾਂ ਜੀ। ਦੇਸੀ ਆਲੂ ਦਾ ਸਾਲਣ ਮੈਂ ਡਿਸ਼ ਆਊਟ ਕਰਤਾ, ਤੁਸੀਂ ਵੀ ਇਸ ਤਰ੍ਹਾਂ ਬਣਾਉਣਾ। ਦੁਆਵਾਂ 'ਚ ਯਾਦ ਰੱਖਣਾ। ਅੱਲਾ ਹਾਫਿਜ਼।